Warputi Tumben! ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਖਰੀਆਂ ਦੇ ਵਿੱਚ ਗੱਲ ਕਰਦੇ ਹਾਂ। ਦਿੱਲੀ ਪੁਲਿਸ ਦੀ ਸ਼ਰੇਆਮ ਇੱਕ ਸਿੱਖ ਵੀਰ ਦੇ ਨਾਲ ਦਿੱਲੀ ਪੁਲਿਸ ਨੇ ਸੜਕ ਦੇ ਵਿੱਚ ਮਤਲਬ ਗੁੰਡਾਗਰਦੀ ਕੀਤੀ ਹੈ। ਹੋ ਸਕਦਾ ਕੁਛ ਨਾ ਕੁਛ ਮਤਲਬ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਇੱਕ ਦੂਜੇ ਦੀ ਗੱਡੀ ਦੂਜੀ ਨਾਲ ਟਕਰਾ ਗਈ ਹੋਵੇ, ਲੇਕਿਨ ਜਿਸ ਤਰ੍ਹਾਂ ਇੱਕ ਵੀਰ ਦੇ ਨਾਲ ਦਿੱਲੀ ਪੁਲਿਸ ਨੇ ਬਿਹੇਵ ਕੀਤਾ, ਉਸ ਨੂੰ ਗੰਦੀਆਂ ਗਾਲਾਂ ਕੱਢੀਆਂ ਜੋ ਅਸੀਂ ਤੁਹਾਨੂੰ ਸੁਣਾ ਨਹੀਂ ਸਕਦੇ, ਔਰ ਨਾਲ ਹੀ ਉਸ ਦੇ ਨਾਲ ਕੀਤੀ ਆ ਕੁੱਟਮਾਰ। ਹਾਲਾਂਕਿ ਉਸ ਵੀਰ ਦਾ ਤੁਸੀਂ ਵੀਡੀਓ ਵੀ ਵੇਖੋਗੇ, ਉਸ ਵੀਰ ਦਾ ਕੋਈ ਵੀ ਕਸੂਰ ਨਹੀਂ ਹੈ, ਕੁਛ ਵੀ ਨਹੀਂ ਕਹਿ ਰਿਹਾ, ਔਰ ਗੱਡੀ 'ਚੋਂ ਨਿਕਲਿਆ। ਗੱਡੀ 'ਚੋਂ ਨਿਕਲਦੇ ਸਾਰ ਹੀ ਉਸ ਦੇ ਨਾਲ ਗੱਲਬਾਤ ਹੋਈ ਹੈ, ਔਰ ਉਹਨੂੰ ਕਹਿਣ ਲੱਗ ਪਿਆ ਤੂੰ ਮਤਲਬ ਬਹੁਤ ਵੱਡਾ ਅਮੀਰ ਬੰਦਾ ਆ, ਗਾਲਾਂ ਬਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਔਰ ਮੂੰਹ 'ਤੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਉਸ ਵੀਰ ਵੱਲੋਂ ਕੁਛ ਵੀ ਨਹੀਂ ਕਿਹਾ ਗਿਆ, ਲੇਕਿਨ ਦਿੱਲੀ ਪੁਲਿਸ ਦਾ ਅਸਲੀ ਜਿਹੜਾ ਚਿਹਰਾ ਹੈ ਉਹ ਸਾਹਮਣੇ ਆ ਚੁੱਕਾ ਹੈ। ਪਹਿਲਾਂ ਵੇਖੋ ਦਿੱਲੀ ਪੁਲਿਸ ਦੀ ਗੁੰਡਾਗਰਦੀ ਭਰੀ ਇਹ ਵੀਡੀਓ। ਤੂੰ ਨੌਕਰੀ ਨਹੀਂ ਕਰਨਾ ਦੇਗਾ ਦਿੱਲੀ ਪੁਲਿਸ ਭਈਆ? ਮੈਂ ਬਾਹਰ ਗੱਡੀ ਚੱਲ ਬੜਾ ਮਾਰਾ, ਮੇਰਾ ਮੂੰਹ ਤੋੜ ਦਿਆ ਮੈਂ ਦੱਸਣਾ ਚਾਹੁੰਦਾ ਦੋਸਤੋ, ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਦਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਹਾਂ, ਜੇਕਰ ਉਸ ਵੀਰ ਦਾ ਕੋਈ ਕਸੂਰ ਹੈ ਤਾਂ ਤੁਸੀਂ ਉਸ ਨੂੰ ਬਣਦੀ ਮਤਲਬ ਜੋ ਵੀ ਉਸ ਦਾ ਫਾਈਨ ਬਣਦਾ ਹੈ, ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਕਾਨੂੰਨ ਦੇ ਮੁਤਾਬਕ ਉਸ ਨਾਲ ਤੁਸੀਂ ਜ਼ਰੂਰ ਪੇਸ਼ ਆਵੋ। ਲੇਕਿਨ ਇਹ ਨਹੀਂ ਹੈ ਕਿ ਕਾਨੂੰਨ ਕਿਤੇ ਵੀ ਇਹ ਨਹੀਂ ਮਤਲਬ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਸੜਕ ਦੇ ਵਿਚਕਾਰ ਸ਼ਰੇਆਮ ਇਸ ਤਰ੍ਹਾਂ ਗੁੰਡਾਗਰਦੀ ਕਰੋ, ਇੱਕ ਪਰਿਵਾਰ ਵਾਲੇ ਦੇ ਮੂੰਹ 'ਤੇ ਮਾਰੋ ਚਪੇੜਾ। ਇਹ ਕਿੱਥੋਂ ਦਾ ਕਾਨੂੰਨ ਹੈ, ਕਿੱਥੋਂ ਦਾ ਇਹ ਮਤਲਬ ਹੈਗਾ, ਇਹ ਸਾਰਾ ਕੁਛ ਜੋ ਦਿੱਲੀ ਪੁਲਿਸ ਨੂੰ ਸ਼ਾਇਦ ਨਹੀਂ ਪਤਾ ਹੈ। ਔਰ ਦਿੱਲੀ ਪੁਲਿਸ ਦੀ ਇਸ ਕਰਤੂਤ ਨੂੰ ਲੈ ਕੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਪਰ ਖੂਬ ਦਿੱਲੀ ਪੁਲਿਸ ਨੂੰ ਕੋਸਿਆ ਜਾ ਰਿਹਾ, ਔਰ ਦਿੱਲੀ ਪੁਲਿਸ ਨੂੰ ਲਾਹਣਤਾਂ ਪਾਈਆਂ ਜਾ ਰਹੀਆਂ ਨੇ। ਕਿਉਂ? ਇਸ ਕਰਕੇ ਕਿਉਂਕਿ ਦਿੱਲੀ ਪੁਲਿਸ ਨੇ ਬਿਨਾਂ ਕੁਛ ਕਹੇ ਉਸ ਸਿੱਖ ਵੀਰ ਦੇ ਨਾਲ ਕੀਤੀ ਹੈ ਗੁੰਡਾਗਰਦੀ।